ਸਾਡੇ ਵੀ ਇੱਕ ਮਹਾਨ ਲਿਖਾਰੀ ਨੇ ਸੱਚੇ ਪਿਆਰ ਬਾਰੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਆਗੂ ਜੇ ਜਨਾਨੀ ਹੋ ਜੇ ਉਹ ਨਾ ਝੁੱਗੀ ਵੱਸਦੀ ਵਰਕਾ ਕਿੱਥੇ ਤੇਰਾ ਕੀ ਇਸ਼ਾਰੇ ਨਾਲ ਗੱਲਾਂ ਕਰ ਰਹੀ ਹੈ ਮੈਂ ਤੇਰਾ ਖਾਵਾਂ ਦਾ ਇਹ ਇਸ਼ਾਰੇ ਨਾਲ ਗੱਲਾਂ ਕਰੀ ਦੀਆਂ ਬਗਾਨਿਆਂ ਬੰਦੇ ਨਾਲ ਇਹਦੇ ਨਾਲ ਕਰ ਮੇਰੇ ਨਾਲ ਨਹੀਂ ਤੈਨੂੰ ਚਾਰ ਲਾਵਾਂ ਲੈ ਕੇ ਵਹਿ ਮੈਂ ਤੈਨੂੰ ਚਾਰ ਲਾਵਾਂ ਲੈ ਕੇ ਚਾਰ ਕਬੂਲਾ ਕਬੂਲਾ ਕਰਕੇ ਵਹਿ ਤੈਨੂੰ ਮੈਂ ਚਾਰ ਕਬੂਲਾ ਕਬੂਲਾ ਕਰਕੇ ਇਹਨਾਂ ਨੂੰ ਪਤਾ ਲੱਗ ਚੁੱਕਿਆ ਆਪਾਂ ਵਿਆਹ ਹੀ ਨਹੀਂ ਆ ਕੀ ਨਹੀਂ ਦੱਸਿਆ